ਹੈਲੋ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਹੈਲੋ ਬਾਈ, ਸਰਪੰਚੀ ਦਾ ਬਾਜ ਚੁੱਕਿਆ ਬਿਗਲ ਬਾਈ, ਸੰਮਤੀ ਖਾਤਰ ਹੋਏ ਤੇ ਸਾਰੇ ਇਕੱਠੇ ਆਪਣੇ ਆਪਣੇ ਹਰੇਕ ਨੇ ਰੱਖੇ, ਸਾਰਿਆਂ ਦੀ ਵਿਚਾਰ ਚੰਗੇ ਲੱਗੇ, ਸਾਰਿਆਂ ਦੇ ਵਧੀਆ ਲੱਗੇ, ਠੀਕ ਨੀ? ਪਿੰਡ ਵਾਲਿਆਂ ਦੀ ਵੀ ਇਹ ਸੀ, ਅਗਲਾ ਕਹਿੰਦਾ ਵੀ ਵੋਟਾਂ ਦੇ ਵਿੱਚ ਵੀ ਜਾਣੇ, ਮੰਨ ਲਓ ਵੀ ਕਿਸੇ ਦੇ ਮੂੰਹ ਪਰ ਅਗਲੇ ਨੂੰ ਕਹਿ ਨੀ ਹੁੰਦਾ ਵੀ ਮੈਂ ਤੇਰਾ ਸਾਥ ਨੀ ਦੇਣਾ, ਨਾ ਨਾ, ਸਿੱਧੀ ਗੱਲ, ਪੱਕੀ ਗੱਲ, ਠੀਕ ਨੀ? ਹਰੇਕ ਨੂੰ ਹਰੇਕ ਕਹੀ ਗਿਆ ਵੀ ਠੀਕ ਆ, ਠੀਕ ਆ ਭਾਈ, ਅਧਿਕਾਰ ਵੀ ਹਰੇਕ ਨੂੰ ਆਇਆ ਫੜਨ ਦਾ, ਠੀਕ ਨੀ? ਹੈਗਾ ਨਾ ਜੀ, ਬੰਦਾ ਉਹ ਚੁਣੋ, ਡੈਮੋਕ੍ਰੇਸੀ ਆ ਵੀ ਹਰੇਕ ਦਾ ਆਪਣਾ, ਕਿਸੇ ਦੇ ਮਨ ਚ ਬਹਿਮ ਨਾ ਰਹਿ ਜਾਵੇ ਵੀ ਬਾਈ ਮੈਨੂੰ ਮੌਕਾ ਨੀ ਮਿਲਿਆ, ਠੀਕ ਆ? ਚਾਹ ਚੱਲ ਉਹ ਤਾਂ ਹੋ ਗਿਆ ਬਾਈ, ਹੁਣ ਜੇ ਕਿਸੇ ਦਾ ਜੀ ਕਰਦਾ ਆਪਣਾ ਫਾਰਮ ਭਰਿਆ, ਬਾਈ 15 ਤਰੀਕ ਨੂੰ ਨਿਤਾਰਾ ਹੋ ਜਾਣਾ ਸਾਰਾ, ਹੁਣ ਹਰੇਕ ਨੇ ਆਪਣਾ ਆਪਣਾ ਜ਼ੋਰ ਲਾਉਣਾ, ਪਰ ਅਸੀਂ ਕਹਿੰਦੇ ਵੀ ਚੰਗਾ ਬੰਦਾ ਆ ਜਾਵੇ, ਚੰਗੇ ਬੰਦੇ ਦਾ ਅਸੀਂ ਸਾਥ ਦੇਣਾ, ਇਹ ਵੀ ਹੈ, ਇਹਨਾਂ ਅਸੀਂ ਤਾਂ ਅੱਗੇ ਨਹੀਂ ਦੇਣਾ ਬਾਈ, ਆਪਣੇ ਮਸਲੇ ਬਾਈ ਹੱਲ ਹੋਣੇ ਚਾਹੀਦੇ ਆ, ਬਾਕੀ ਸਾਡੇ ਪਿੰਡ ਦੇ ਬਾਈ ਏਰੀਆ ਚ ਸਾਡੇ ਚਿੱਤਾ ਆਇਆ ਵਾ, ਅਸੀਂ ਉਧਰ ਤੇ ਵੀ ਡਰਦੇ ਆ, ਠੀਕ ਨੀ? ਮੇਰਾ ਤਾਂ ਅਨਾਊਂਸਮੈਂਟਾਂ ਕਰ ਕਰਕੇ ਗੱਲ ਦੁਖਣ ਲੱਗਿਆ ਬਾਈ, ਹਿੰਦੂ ਚਾਰ ਅਨਾਊਂਸਮੈਂਟਾਂ, ਵੋਟਾਂ ਵੋਟਾਂ ਬਹੁਤ ਆ, ਅਸਲਾ ਕਿਸੇ ਕੋਲ ਆ, ਸਾਨੂੰ ਸਵੇਰ ਸ਼ਾਮ ਹੋਈ ਪਈ ਆ, ਉਧਰ ਮੀਂਹ ਵਾਲਿਆਂ ਨੇ ਤੰਗ ਕਰੇ, ਮਹਿਕਮਾ ਪਰਾਲੀ ਦੀਆਂ ਅੱਗਾਂ ਦੀਆਂ ਕਰਾਈ ਜਾਂਦਾ ਹੈ, ਬਸ ਮੀਂਹ ਦਾ ਪਾਣੀ ਨੀ ਸੁੱਕਿਆ, ਐਡੀ ਲਿਸਟ ਲੈ ਕੇ ਅੱਗ ਜਿਹੜੀ ਵੱਡੀ ਕਿਹੜੀ ਹੈ ਕਹਿ ਤੇ ਦੱਸੋ, ਖੜੇ ਆ ਭਾਈ ਮਹਿਕਮਾ, ਹਾਂ ਉਲਟ ਕਹਿੰਦੇ ਆ ਵੀ ਅੱਗ ਨਾਲ ਲਾ ਕੇ ਤੁਹਾਡੇ ਉੱਪਰ 1,00,000 ਜੁਰਮਾਨਾ ਹੈ, ਨਾਲੇ ਮੇਰੀ ਮੇਰੀ ਵੀਡੀਓ ਬਣੀ ਕੱਲ, ਅਨਾਊਂਸਮੈਂਟ ਕਰਦੇ ਕਾਰਵਾਈ ਕੀਤੀ ਜਾਊਗੀ, ਜਤਵਿੰਦਰ ਬਾਈ ਪਾਰਟੀ ਹੈ ਕਾਹਦੀ, ਬਸ ਚੱਲੀ ਜਾਣੀ ਹੈ ਤਾਂ ਜਤਵਿੰਦਰ ਖੜਾ ਤੇਰੀ ਕਿਸੇ ਪਾਰਟੀ ਉਹ ਬਿੰਦਰ ਬਾਈ ਨੇ ਗੱਲ ਕੀਤੀ, ਕਹਿੰਦਾ ਮੈਂ ਤਾਂ ਆਪਣੇ ਵੋਟਰ ਕਾਰਡ ਨੇਤਰ ਬਾਈ ਨੂੰ ਦੇਤੇ ਬਾਈ, ਜਿੱਤੇ ਵਰਜੀ ਵਾਲੀ ਮੈਂ ਆਪ ਕਾਗਜ ਮਾਰਤਾ ਅੱਜ ਵੋਟਰ ਕਾਰਡ ਪਰ, ਬਾਈ ਚਲੋ ਠੀਕ ਹੈ, ਸਿੰਧੂ ਹੈਗੇ ਫੇਰ ਠੀਕ ਹੈ, ਉਹ ਵੋਟਾਂ ਦਾ ਬਾਈ 15 ਤਰੀਕ ਨਹੀਂ ਬਾਈ, ਇਹ ਬਲਗੀਤ ਬਾਈ ਤੁਸੀਂ ਤਾਂ ਚੱਲ ਵੋਟਾਂ ਦੇਖੀਆਂ, ਮਸ਼ੀਨ ਕੇ ਪੈਣੇ ਕਿ ਪਰਚੀ ਪੈਣੀ ਹੁੰਦੀ ਹੈ, ਪਿਛਲੀ ਵਾਰ ਸਰਪੰਚ ਜੀ ਭੁੱਲ ਗਿਆ ਬਾਈ, ਨਹੀਂ ਨਹੀਂ ਹਲੇ ਹੁਣੀ ਹੋਇਆ, ਗੀਤ ਬਾਈ ਭਾਈ ਮੇਰੀ ਸੁਣ ਲੈ ਗੱਲ, ਹੁਣ ਤੂੰ ਪੰਚਾਇਤ ਚ ਜਾਂਦਾ ਹੁੰਦਾ, ਇੱਕ ਮੇਰਾ ਮੁੱਦਾ ਵੀ ਰੱਖ ਦੀ, ਰੇਡੂਆ ਚਾਹੀਦਾ ਘਰ ਮੇਰੇ, ਬਾਈ ਗੱਲ ਸੁਣ, ਕਰਕੇ ਮੋਟਰਸਾਈਕਲ ਪਰ ਲਾ ਦੋ, 4-5 ਪਿੰਡਾਂ ਚ ਘੁੰਮਿਆ ਕਰੂਗਾ, ਠੀਕ ਨੀ? ਤੂੰ ਨਵੀਂ ਪੰਚਾਇਤ ਬਣ ਲਈ, ਤੇਰੀ ਸੁਣਾਈ ਲੈ ਲਾ, ਇੱਕ ਵਾਰ ਢੋਲ ਉੱਤੇ ਬਾਅਦ ਆਪਣਾ ਕੁੱਟੋ ਵਿਆਹ ਛੱਡਦੀ, ਨਹੀਂ ਜੇ ਅਨਾਊਂਸਮੈਂਟ ਕਰੀ ਅਨਾਊਂਸਮੈਂਟ ਕਰ, ਪੁਰਾਣੇ ਸਰਪੰਚ ਦਾ ਚਾਚਾ ਬਾਜੀ ਵਿਆਹ ਤਾਂ ਮਿਲ ਜਾਣਾ, ਉਹਦੇ ਨਾਲ 20 ਰੁਪਏ ਜੁੜੀ ਆ, ਤੂੰ ਨਾ ਨਾ, ਹਾਂਜੀ ਨੀ ਬਾਈ, ਜਿੱਥੇ ਫਾਰਮ ਭਰ ਹੁੰਦੇ ਹੋਣੇ ਬਹੁਤ ਧੱਕਾ ਪੈਂਦਾ ਹੋਣਾ, ਹਰੇਕ ਪਿੰਡ ਜਾਂਦਾ ਬਾਈ, ਸਹਿਮਤੀਆਂ ਪੁਰਾਣੇ ਸਹਿਮਤੀ ਮੂੰਹ ਤੂੰ, ਹਾਂਜੀ ਹਾਂ, ਇੱਕ ਹੁਣ ਬਾਈ ਨੌਜਵਾਨ ਪੀੜੀ ਹੈ, ਪੜ੍ਹੇ ਲਿਖੇ ਆ,
ਇਹ ਇਹਨਾਂ ਨੂੰ ਪਤਾ ਬਾਈ ਆਨਲਾਈਨ ਕੰਮ ਕਰਦੇ ਕਿੰਨਾ ਪੈਸਾ ਆਉਂਦਾ। ਹੁਣ ਤਾਂ ਈ ਸਵਰਾਜ ਉਹ ਆਈ ਵੀ ਐਪ ਉਹਦੇ ਪਰ ਪਤਾ ਵੀ ਦੱਸਦਾ ਪੰਚਾਇਤ ਕੋਲ ਕਿੰਨਾ। ਬਾਈ ਮਲਕੀਤ ਬਾਈ ਹੁਣ ਤਾਂ ਪੈਸੇ ਖਾਣੇ ਵਾਲਾ ਕੰਮ ਰਿਹਾ ਹੀ ਨੀ ਹੈਗਾ, ਸਾਰੇ ਪੜ੍ਹੇ ਲਿਖੇ ਆ, ਆਪੇ ਪਤਾ ਲੱਗੀ ਜਾਂਦਾ ਕਿੱਥੇ ਲੱਗਿਆ ਪੈਸਾ। ਪਹਿਲਾਂ ਕੰਮ ਹੁੰਦੇ ਵੀ ਪੈਸਾ ਉਸਦਾ ਖਾਓ ਗਿਆ, ਹੁਣ ਨੀ ਕੰਮ ਰਿਹਾ ਹੈਗਾ, ਹੁਣ ਤਾਂ ਲੋਕ ਵੀ ਪੈ ਜਾਂਦੇ ਆ। ਹਾਂਜੀ ਹਾਂ ਬਾਪੂ ਬੰਦਾ ਹਾਂਜੀ ਹਾਂ ਬਾਪੂ ਅਸੀਂ ਚਲੇ ਗਏ ਫੋਨ ਕਰ ਦੇਣਾ ਜੇ ਕਈ ਜਾਣਾ ਖਾਣੇ ਚ ਚਾਹੇ ਕੱਦੂ ਕਰਦੇ ਜੇ ਕੁਛ ਵੀ ਕਰਦੇ ਕੰਮ ਕਰਦੇ ਬਾਈ ਜਾਣਾ ਪੈਣਾ ਅਗਲੇ ਨਾਲ, ਠੀਕ ਨੀ ਗੱਲ ਉੱਥੇ ਜਾਣਾ ਜਾਣੇ ਤਰ ਕੇ ਫਾਇਦਾ ਫੁਸਲਾ ਹੋ ਗਿਆ ਬੰਦੇ ਨੇ ਉਹਦਾ ਕੱਲ ਨੂੰ ਜਿਹੜਾ ਕੀਤਾ ਤਾ ਕਹਿੰਦਾ ਲੈ ਵੀ ਕਰੋ ਸੈਨ ਲਾ ਕੇ ਸੈਨ ਕਰਨ ਬਿੰਗਰ ਜਿਹੜੇ ਮੈਨੂੰ ਕਰਨੇ ਆਉਂਦੇ ਆ ਬਾਪੂ ਨੂੰ ਵੀ ਸਿਖਾਇਆ ਬਈ ਤਾਂ ਪੜਿਆ ਵਾ ਉਹ ਵੀ ਨੀ ਦਾ ਲੱਗ ਗਿਆ ਕਰਨ ਇਹ ਇੱਕ ਹੁਣ ਦੇਖਦਾ ਦੋ ਪਾਸੇ ਨੂੰ ਖੁੱਲਦਾ ਆਏ ਹਾਂਜੀ ਹਾਂ ਹੈ ਇੱਕ ਪਾਸੇ ਲੱਗ ਗਿਆ ਕਰਨ ਆਏ ਇੱਕ ਪਹਿਲਾਂ ਲੈਣ ਮਾਰੇ ਲੰਬੀ ਆਏ ਲੱਗ ਗਿਆ ਕਰਨ ਬੜੇ ਬੜੇ ਅੱਖਰਾਂ ਚ ਕਹਿੰਦਾ ਬਾਪੂ ਮੁੜਿਆ ਕਹਿੰਦਾ ਤੂੰ ਦੂਏ ਬਾਹਰ ਕਿਤੇ ਵੜ ਗਿਆ ਕਹਿੰਦਾ ਵੜ ਕੇ ਵੜ ਗਿਆ ਕਹਿੰਦਾ ਔਖਾ ਹੋ ਜਾਂਦਾ ਹੈ ਨਹੀਂ ਜੇ ਬਾਈ ਫੈਸਲਾ ਹੋਵੇ ਜਿਹੜੀ ਪਾਰਟੀ ਗਲਤ ਹੈ ਗਲਤ ਨੂੰ ਗਲਤ ਕਹੋ ਜੇ ਦੂਏ ਦਾ ਹੱਕ ਦੇਤਾ ਫਿਰ ਬੰਦਾ ਗਲਤ ਉਹਦਾ ਕੋਈ ਫਾਇਦਾ ਨੀ ਬਾਈ ਫਿਰ ਤਾਂ ਬਾਈ ਲੜਾਈਆਂ ਨੂੰ ਘਰ ਹੈ ਫਿਰ ਬਾਈ ਫਿਰ ਆਏ ਆ ਜੇ ਆਪਾਂ ਨੇ ਕੋਈ ਪੈਸਾ ਲੈਣਾ ਫਿਰ ਪੈਸਾ ਵੀ ਨੀ ਮਿਲਦਾ ਹੈਗਾ ਪਹਿਲਾਂ ਮੁੱਦਾ ਅੜ ਜਾਂਦਾ ਮੂਰੇ ਲੈਣੇ ਨੂੰ ਅਗਲਾ ਸਰਕਾਰਾਂ ਚਾਹੁੰਦੀ ਪੈਸਾ ਮਿਲੇ ਨਾ ਪਰ ਭਾਈ ਹੁਣ ਡਿਕਲੇਅਰ ਹੋ ਗਿਆ ਵੀ ਜਿਹੜਾ ਸੰਮਤੀ ਵਾਲਾ ਕੰਮ ਖਤਮ ਆ ਵੀ ਵੋਟਾਂ ਪੈਣੀਆਂ ਵੋਟਾਂ ਚਾਹੁਣਾ ਨਾ ਤਾਰਾ ਕਿਹੜਾ ਦੇਖੋ ਵੀ ਸੂਰਮਾ ਜੱਗ ਜਿੱਤਦਾ ਠੀਕ ਨੀ ਪਤਾ ਲੱਗ ਜੂ ਕਿੰਨੇ ਬੰਦੇ ਗਏ ਕਿੰਨੇ ਬੰਦੇ ਖੜਦੇ ਕਿੰਨੇ ਕਿੰਨੇ ਦੇ ਕਾਗਜ਼ ਵਾਪਸ ਆਉਂਦੇ ਕਿੰਨੇ ਖੜੇ ਆ ਭਾਈ ਕਰਦਾ ਹਰੇਕ ਕਹਿ ਦਿੰਦਾ ਇਹ ਵਿੱਚ ਖਰਾਬੀ ਵੀ ਹੋ ਜਾਂਦੀ ਕਿਸੇ ਪਰ ਕੋਈ ਕੇਸ ਆ ਕਿਸੇ ਦੇ ਖਰਾਬ ਹੋ ਜਾਂਦਾ ਇਹ ਵੀ ਭਾਈ ਹੁੰਦਾ ਕੰਮ ਦੋ ਦੋ ਭਰਨੇ ਪੈਂਦੇ ਭਾਈ ਠੀਕ ਨੀ ਇਹ ਹੋ ਜਾਂਦਾ ਚਲੋ ਬਾਕੀ ਭਾਈ ਸਰਪੰਚ ਮੰਨੂ ਬਾਏ ਕਹਿੰਦਾ ਮੈਂ ਤਾਂ ਤੇਰਾ ਨਾਮ ਸੁਣਿਆ ਤਾਂ ਕਿਆ ਠੀਕ ਆ ਹੈਗਾ ਮਨਾ ਨਾ ਉਹ ਤੇਰਾ ਦਰਸ਼ਨ ਸਰਪੰਚ ਵੀ ਉਹ ਵੀ ਖੜਾ ਹੈ ਭਾਈ ਜਾ ਰਹੀ ਕਹਿੰਦਾ ਮੈਂ ਕਾਗਜ਼ ਭਰਨੇ ਭਾਈ ਮੈਨੂੰ ਕਿਆ ਰੋਕ ਹੈ ਠੀਕ ਨੀ ਗੱਲ ਮੈਂ ਵੀ ਭਰ ਸਕਦਾ ਅਧਿਕਾਰ ਅਧਿਕਾਰ ਹੈ ਸਹਿਮਤੀ ਹੁੰਦੀ ਗੇਮ ਵਾਲਾ ਕੰਮ ਹੋ ਗਿਆ ਬਰਾਬਰ ਜਿਹੜਾ ਜਿੱਦਾਂ ਮੂੰਗਾ ਲੈ ਜੂਗਾ ਬਾਈ ਹੁਣ ਚਲੋ ਬਾਕੀ ਬਾਈ ਚੱਲ ਰਿਹਾ ਕੰਮ ਜੀਰੀ ਕੰਨੀ ਤੇ ਧਿਆਨ ਹਟ ਗਿਆ ਆਪਣਾ ਪੰਜ ਵਾਰ ਚੱਲ ਜਾਵੇ ਫੇਰ ਲੋਟ ਆਏ ਆਪਣੇ ਝੂੜੇ ਬਹੁਤ ਦੇਦੇ ਆ ਅਹਿਮੀਅਤ ਜਿਹੜੀ ਹਰੀ ਜੀ ਦੀ ਜੱਗਾ ਕਹਿੰਦਾ ਹਲਦੀ ਪੈਣੀ ਉਹਨੂੰ ਹੁਣ ਕਹਿੰਦਾ ਮੇਲ ਫੀਮੇਲ ਆ ਮੇਲ ਤਾਂ ਵੱਧਦਾ ਸਾਰਾ ਹੀ ਫੀਮੇਲ ਦੇ ਰਹਿ ਗਿਆ ਮੇਲ ਦੀ ਉਹ ਬੱਲੀ ਡੋਟੀ ਵਧੂਗੀ ਬਾਈ ਜੀ ਫਰਕ ਪਿਆ ਨਾ ਜੱਡੇ ਦਾ ਪਾਣੀ ਵੀ ਖੇਚ ਹਲਦੀ ਵਰਗਾ ਖੜਾ ਤਾ ਤੈਨੂੰ ਹੋਈ ਆ ਧੋ ਜਾਂਦੀ ਸਾਰੀ ਸਾਡੇ ਬਾਅਦ ਹੀ ਧੋ ਗਈ ਡੋਡੀ ਪੈ ਵੀ ਜਾਰਾ ਗਈ ਵੀਡੀਓ ਦੇਖਦੇ ਆ ਦੇਖਿਆ ਬਾਈ ਨੇਰੀ ਪੀਲੀ ਪੀਲੀ ਘਾਤੀ ਵੀਡੀਓ ਦੇਖੀ ਆ ਕਿਤੇ ਜ਼ਿਆਦਾ ਪਈ ਹੋਈ ਆ ਇੱਥੇ ਜ਼ਿਆਦਾ ਡੋਡੀ ਪਈ ਨੇਰੀ ਸੁੱਤੀ ਆ ਇਸ ਵਾਰੀ ਡੋਡੀ ਦਾ ਬਹੁਤ ਬੜਾ ਬਾਈ ਇਹ ਜਿਹੜੀ ਡੋਡੀ ਆ ਨਾ ਡੋਡੀ ਆ ਜਿਹੜੀ ਇਹ ਜਿਹੜੀ ਕਣਕ ਨੂੰ ਕਾਂਗੇ ਆਰੀ ਪੈਂਦੀ ਇਹੀ ਚੀਜ਼ ਹੁੰਦੀ ਆ ਉਹ ਕਣਕ ਨੂੰ ਕਹਿੰਦੇ ਆਪਾਂ ਕਾਂਗੇ ਆਰੀ ਜਾਂ ਕਾਲੀ ਵਾਲੀ ਜੀ ਹੋਗੀ ਉਹ ਮੈਂ ਮੀਨੋ ਸਵਾਰ ਜੀ ਹੁੰਦੀ ਮੈਂ ਮੀਨੋ ਸਵਾਰ ਜੀ ਹੁੰਦੀ ਉਹ ਮੈਂ ਕਾਲੇ ਰੰਗ ਦੀ ਉਹ ਮੈਂ ਪੀਲੇ ਰੰਗ ਦੀ ਦਾਣਾ ਹੀ ਫੁੱਟ ਕੇ ਬਣਦੀ ਆ ਉਹ ਦਾਣਾ ਫੁੱਟਣਾ ਬਸ ਸਮਝ ਲੈ ਮਹਿੰਦੀ ਬਣਦੀ ਐਂ ਤਾਂ ਯਾਰ ਜਿਹੜੇ ਮੈਂ ਦਵਾਈਆਂ ਲੈ ਕੇ ਆਉਂਦਾ ਏ ਉਹ ਕਹਿੰਦਾ ਬਾਈ ਐਤਕੀ ਸਾਡੀ ਵੀ ਹੈਗੀ ਅਸੀਂ ਕਿਆ ਕਰੀਏ ਕਹਿੰਦਾ
ਵੀ ਮੌਸਮ ਏਦਾਂ ਦਾ ਕਹਿੰਦਾ ਕਹਿੰਦਾ ਅਸੀਂ ਤੈਨੂੰ ਦਵਾਈਆਂ ਵਧੀਆ ਦਿੱਤੀਆਂ ਮਾਤਾ ਦਵਾਈ ਗਲਤ ਦੇ ਦਿੱਤੀ ਕਹਿੰਦਾ ਦਵਾਈ ਯਾਰ ਸਾਡੇ ਪੈ ਗਈ ਅਸੀਂ ਕੀ ਕਰੀਏ ਜਿਹਨੇ ਕੋਪਰ ਕਰੀ ਕਹਿੰਦਾ ਉਹਦੇ ਵੀ ਪੈ ਗਈ ਫਸਲ ਨੂੰ ਗਰਮੀ ਮਿਲਣੀ ਲੱਤ ਤੇ ਠੰਡ ਮਿਲ ਜਾਣੀ ਬਿਮਾਰੀ ਬੰਦੇ ਖਾਤਰ ਵੀ ਥੋੜੀ ਰੋਗ ਇਹ ਆ ਫਸਲ ਖਾਤਰ ਯਾਰ ਆਪਾਂ ਨੂੰ ਪੂਰੀ ਗਰਮੀ ਚ ਮੀਂਹ ਪਏ ਤੇ ਇੱਧਰ ਬਿਮਾਰ ਹੋ ਜਾਂਦਾ ਜ਼ੁਕਾਮ ਹੋ ਜਾਂਦਾ ਫਰਕ ਨੀ ਪੈਂਦਾ ਇਹ ਫਸਲ ਪਰ ਵੀ ਇਹੀ ਚੀਜ਼ ਹੁਣ ਮੌਸਮ ਠੰਡ ਆਉਂਦੀ ਹੈ ਗਰਮੀ ਆਉਂਦੀ ਜਿਲ੍ਹਾ ਕਿਹੋ ਜਿਹਾ ਹੋਇਆ ਪਿਆ ਇਹਨੇ ਵੀ ਲੈਣੇ ਹੱਥ ਕਰਕੇ ਗਈ ਗਰਮ ਸਰਦ ਹੋਣਾ ਸਬਜ਼ੀਆਂ ਫਸਲਾਂ ਸੁੱਖ ਸਾਂਦ ਹੋ ਜਾਵੇ ਦੀਵਾਲੀ ਆ ਗਈ ਦੁਸਹਿਰਾ ਆ ਗਿਆ ਗੰਨੇ ਲਿਆ ਕੇ ਆਪਣਾ ਆਪਣਾ ਦੇਖੋ ਮੱਥਾ ਕੰਮ ਕਰਨਾ ਕਿਆ ਹੁਣ ਟਰੈਕਟਰ ਕਿੱਕਣਾ ਲਿਆ ਹੋ ਗਿਆ ਗੰਨੇ ਦੀਆਂ ਪਰਚੀਆਂ ਲਿਆਉਣੀਆਂ ਪਹਿਲਾਂ ਹੀ ਲੈ ਗੰਨਾ ਕੱਢਣਾ ਨੀ ਮੈਂ ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਜਿੱਤਣ ਬਥੇਰੇ ਕੋਈ ਐਸੀ ਨੀ ਲਾ ਸਕਦੇ ਫਸਲ ਖੜੀ ਦੇਖ ਠੀਕ ਨੀ ਜਦ ਤੱਕ ਬੋਰੀ ਚ ਨੀ ਪੈਂਦੀ ਭਾਈ ਨਾਲੇ ਖੰਡੇ ਦੀਆਂ ਪੇਟੀ ਹੁਣ ਜਿਆਦਾ ਮੰਗਾ ਲਈ ਹਰੇਕ ਨੀ ਕਹਿੰਦਾ ਠੰਡੇ ਪੀ ਲੋ ਇਹਨੇ ਵੀ ਕਹਿੰਦਾ ਠੰਡੇ ਪੀ ਲੋ ਨਾਲੇ ਬੇਸ਼ੱਕ ਸਿਆਲ ਆ ਗਿਆ ਠੰਡਾ ਲੱਗਣਾ ਤੇਰਾ ਹੁਣ ਸਰਪੰਚੀ ਠੰਡਾ ਨਮਕੀਨ ਇਹ ਚੀਜ਼ ਜਰੂਰ ਨਮਕੀਨ ਸਾਰਾ ਕੁਝ ਚਾਹੀਦਾ ਤੂੰ ਆਪਣਾ ਲਿਖ ਲਾ ਅਸਲਾ ਰੱਖ ਲਾ ਇਹਨੂੰ ਗੱਲ ਸੁਣ ਲਾ ਸਰਪੰਚੀ ਜੀ ਖੜ ਜਾਵੇ ਜਾਂ ਬੂਟਾ ਘਰ ਦੀ ਪਵੇ ਠੀਕ ਹੈ ਫਾਰਮ ਭਰਿਆ ਜਾ ਠੀਕ ਹੈ ਚੱਕ ਦੋ ਦੇਖੀ ਜਾਊਗੀ ਚਾਰ ਤਰੀਕ ਦੇ ਬਾਅਦ ਦੇਖੂਗੇ ਵੀ ਕਿਆ ਪੋਜੀਸ਼ਨ ਕਿੱਧਰ ਨੂੰ ਆ ਚਾਰ ਨੂੰ ਵਾਪਸੀ ਹੈ ਜਿਹਦਾ ਮਨ ਕਰਦਾ ਭਰਿਆ ਚਾਰ ਤੱਕ ਭਰ ਹੋਣੇ ਹਾਂ ਚਾਰ ਤੱਕ ਭਰ ਹੋਣੇ ਉਹਦੇ ਬਾਅਦ ਵਾਪਸੀ ਚਾਰ ਦੇ ਵਿੱਚ ਤਾਂ ਛੁੱਟੀ ਆ ਗਈ 2 ਅਕਤੂਬਰ ਦੀ ਆ ਦੋ ਦੀ ਉਹਦੀ ਛੁੱਟੀ ਜੀ ਜਾਂ ਜਦ ਪੈਦਰ ਹੋ ਸਕਦੀ ਆ ਹਾਂ ਜਾਂ ਫੇ ਇੱਕ ਦਿਨ ਵੱਧ ਮਿਲ ਸਕਦਾ ਦਿਨ ਵੱਧ ਮਿਲ ਸਕਦਾ ਹੋ ਸਕਦੀ ਹੈ ਜੇ ਆਪਾਂ ਜੇ ਨਾ ਭਰ ਹੋਣ ਜ਼ਿਆਦਾ ਉੱਥੇ ਟਾਰਗੇਟ ਘੱਟ ਹੋਰ ਘੱਟ ਭਰ ਹੋਣ ਅੱਛਾ ਉੱਥੇ ਵੀ ਕੱਖ ਪੂਰਾ ਯਾਰ ਇੱਕ ਇੱਕ ਪੰਜ ਵਾਰ ਆਪਣੇ ਪਿੰਡ ਦੇ 10 ਜਾਣੇ ਛੇ ਸਰਪੰਚ 10 ਤੇ 15 ਹੋ ਸਕਦੇ ਆ ਸਹੀ ਗੱਲ ਕਾਗਜ਼ ਗਲਤ ਹੋ ਜਾਂਦੇ ਬਦੂਆ ਬੰਦਾ ਬਣਾਉਂਦਾ ਹੈਗਾ ਰਿਕਵਰੀ ਕਰ ਲੈਂਦਾ ਉਹਦੀ ਹਨਾ ਤਾਂ ਹੀ ਹੁੰਦੇ ਭਰਦੇ ਹੁੰਦੇ ਵੱਧ ਭਾਈ ਸਾਹਿਬ ਤਾਂ ਜਦ ਦਾ ਜਦ ਪਤਾ ਚੱਲ ਕੇਸੀ ਦਾ ਬਾਪੂ ਗਿਆ ਤਾਂ ਗਿੱਲਾ ਭਰਨ ਗੱਡੀ ਜਦ ਤੇ ਪਤਾ ਲੱਗਾ ਕਾਗਜ਼ ਭਰੂ ਹੁਣ ਜ਼ਿਆਦਾ ਹੋ ਗਈਆਂ ਜਦ ਘੱਟ ਮੰਗਦੇ ਹੁਣ ਚੁੱਲ੍ਹੇ ਵਾਲਾ ਵੀ ਮੰਗਦੇ ਆ ਪਹਿਲਾਂ ਹੀ ਮੰਗਦੇ ਚੁੱਲ੍ਹੇ ਵਾਲਾ ਤੋਂ ਅੱਛਾ ਪਹਿਲਾਂ ਵੀ ਤਾਂ ਸ਼ੁਰੂ ਤੋਂ ਹੀ ਚੁੱਲ੍ਹੇ ਵਾਲਾ ਕਿੱਲਾ ਟੈਕਸੀ ਚਲੋ ਬਾਈ ਠੀਕ ਹੈ ਠੀਕ ਹੈ ਜੀ ਓਕੇ।